ਤੁਸੀਂ ਦੱਸਣਾ ਕਿ ਐਸੀ ਕਿਹੜੀ ਸ਼ੈ ਵਾ ਜਿਹੜਾ ਸਾਇਆ ਨਹੀਂ ਹੁੰਦਾ? ਸਾਇਆ ਨਹੀਂ ਹੁੰਦਾ? ਹਾਂਜੀ ਅਮਿਤਾ ਬਚਨ। ਹਾਂ ਉਹਦਾ ਸਾਇਆ ਨਹੀਂ ਹੁੰਦਾ। ਚਿੱਤਰ ਚਿੱਤਰ ਦਾ ਹੀ ਹੁੰਦਾ ਵਾ ਸਾਇਆ। ਨਹੀਂ ਜਦੋਂ ਪੈ ਰਿਹਾ ਹੁੰਦਾ ਉਦੋਂ ਸਾਇਆ ਨਹੀਂ ਲੱਗ ਰਿਹਾ ਹੁੰਦਾ। अस्सलाम वालेकुम, सत श्री अकाल। मैं थोड़ी मेज़बान नबीरा खान। आज मैं लंदन आई हाँ कितने कि शूट से आई हाँ। सरप्राइज़ थोड़ा देना चाहती सी, यही सरप्राइज़ आ। एमी विर्क जी की मूवी इतने चल रही, शूटिंग चल रही है। तो अन्नी दिया मजाक है, उन्होंने फिल्म आएगी अप्रैल के बीच। तो और वास्ते मैं आई हाँ, इतने बहुत सारे आर्टिस्ट मौजूद है। उन्होंने सवाल जवाब करांगे, देखांगे कि वो मेरे सवालों का जवाब देंगे या वह भी कहेंगे मैं हार गया या हार गई। आप देखते हैं। तो हरदीप गिर जी ने इतने साढ़े नाल इन्हों गलबात करते हैं, है इन्हों पुछते हैं सवाल। अज काबू आए हुए हैं तो देखते हैं इन्हों आते हैं जवाब या नहीं। सर आ माइक लाना पैना तो कॉलर पर। चलो लग गया। सत श्री अकाल सर जी। सत श्री अकाल अबीरा जी। तुम लाहौर तो लंदन देख लो पहुँच गए हैं। कमाल हुई गई है। ਇਹ ਵੀ ਇੱਕ ਫਿਲਮ ਬਣੀ ਆ ਲਾਹੌਰ ਤੋਂ ਲੰਡਨ। ਅਜੇ ਥੋੜਾ ਜਿਹਾ ਪਹਿਲਾਂ ਮੈਂ ਅੰਮ੍ਰਿਤਸਰ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਸੀਗਾ। ਹਾਂਜੀ ਲਾਹੌਰ ਤੋਂ ਮੈਨੂੰ ਯਾਦ ਕੀਤਾ ਅੱਜ ਤੁਸੀਂ ਲੰਡਨ। ਕਮਾਲ ਹੋ ਗਈ। ਯਾਦ ਕੀਤਾ ਮੈਨੂੰ ਖਾਬ ਦੇ ਵਿੱਚ ਆ ਗਿਆ ਸੀ, ਮੈਂ ਸੁਪਨਾ ਦੇਖਿਆ ਤੁਸੀਂ ਮੈਨੂੰ ਯਾਦ ਕਰ ਰਹੇ ਹੋ ਤੇ ਮੈਂ ਆ ਗਈ। ਵਾਕਈ ਸੁਪਨੇ ਲੈਣੇ ਚਾਹੀਦੇ ਨੇ, ਸੁਪਨੇ ਸੱਚ ਹੋ ਜਾਂਦੇ ਨੇ। ਇਹ ਤੇ ਹੈ ਵਾ। ਸਲਾਮ ਜੀ ਸਾਰਿਆਂ ਨੂੰ ਸਲਾਮ। ਸਰ ਇੱਕ ਸਵਾਲ, ਮੈਂ ਪਾਕਿਸਤਾਨ 'ਚ ਬੜੇ ਸਵਾਲ ਕੀਤੇ ਅੱਜ ਤੁਹਾਡੇ ਕੋਲੋਂ। ਸੌਖਾ ਜਿਹਾ ਕਰਿਓ। ਬੜਾ ਸੌਖਾ ਜਿਹਾ ਵਾ। ਤੁਸੀਂ ਦੱਸਣਾ ਉਹ ਕੀੜਾ ਜਾਨਵਰ ਆ ਜਿਹੜਾ ਧੌਣ ਨਹੀਂ ਮੋੜ ਸਕਦਾ? ਧੌਣ ਨਹੀਂ ਮੋੜ ਸਕਦਾ? ਦੱਸੋ। ਕਮਾਲ ਹੋ ਗਈ ਬਈ, ਜਾਨਵਰ ਹੋ ਸਕਦਾ ਹੈ ਵਾ ਐਸਾ ਜਾਨਵਰ ਕੀੜਾ ਹੋ ਸਕਦਾ? ਮੈਂ ਤਾਂ ਕਈ ਬੰਦੇ ਵੇਖੇ ਜਿਹੜੇ ਕਾਫੀ ਆਕੜ ਚ ਹੁੰਦੇ, ਉਹਨਾਂ ਨੂੰ ਨਹੀਂ ਮੋੜਦੀ ਜਾਨਵਰ ਤਾਂ ਸਾਰੇ ਦਾ ਨਹੀਂ ਮੈਨੂੰ ਪਤਾ। ਬੰਦੇ ਮੈਂ ਵੇਖੇ ਕਈ ਨੇਮ ਫੇਮ ਮਿਲ ਜੇ ਤੇ ਉਹ ਧੌਣ ਚ ਕਿਤੇ ਕਿੱਲਾ ਆ ਗਿਆ ਤਾਂ ਨਹੀਂ ਹੁੰਦਾ। ਜਾਨਵਰ ਵੀ ਹੁੰਦੇ ਨੇ? ਜਾਨਵਰ ਵੀ ਹੁੰਦੇ ਆ। ਦੱਸੋ ਕੀੜਾ ਜਾਨਵਰ। ਅੱਛਾ ਹਿੰਟ ਦਵਾਂ ਤੁਹਾਨੂੰ। ਅੱਛਾ ਉਹ ਛੋਟਾ ਜਾਨਵਰ ਆ, ਵੱਡਾ ਜਾਨਵਰ ਨਹੀਂ ਆ, ਛੋਟਾ ਜਿਹਾ ਵਾ। ਜਾਨਵਰ ਛੋਟਾ ਹੈ ਪਰ ਹਾਂਜੀ ਧੌਣ ਨਹੀਂ ਮੋੜਦਾ। ਹੈ ਧੌਣ ਨਹੀਂ ਮੋੜਦਾ ਇਹ ਜਾਨਵਰ ਹੋ ਸਕਦਾ? ਦੱਸੋ ਕੋਈ ਫਿਲਮਾਂ ਫੁਲਮਾਂ 'ਚ ਕੰਮ ਕਰਦਾ? ਡਰਾਮੇ ਡਰਾਮੇ 'ਚ ਕੰਮ ਕਰਦਾ? ਨਹੀਂ। ਤਾਂ ਫਿਰ ਉਹ ਧੌਣ ਕਿਉਂ ਨਹੀਂ ਮੋੜਦਾ? ਉਹਨੂੰ ਵੀ ਆਕੜ ਹੋਏਗੀ, ਕੋਈ ਆਕੜ ਵਾਲਾ ਹੋਣਾ ਨਾ। ਅੱਛਾ ਸਮਝ ਨਹੀਂ ਆ ਰਹੀ ਕਿਹੜਾ ਜਾਨਵਰ ਹੋ ਸਕਦਾ ਵੀ ਉਹ। ਤੁਸੀਂ ਕੋ ਮੈਂ ਹਾਰ ਗਿਆ। ਹਾਰ ਗਿਆ ਜੀ। ਇੱਕ ਹੋਰ ਸਵਾਲ, ਇੱਕ ਹੋਰ ਸਵਾਲ। ਤੁਸੀਂ ਦੱਸਣਾ ਐਸੀ ਕਿਹੜੀ ਸ਼ੈ ਵਾ ਜਿਹੜਾ ਸਾਇਆ ਨਹੀਂ ਹੁੰਦਾ? ਸਾਇਆ ਨਹੀਂ ਹੁੰਦਾ ਜਿਹਦਾ? ਦੱਸੋ। ਸੂਰਜ ਹੋ ਸਕਦਾ? ਨਹੀਂ ਉਹ ਨਾ ਸ਼ੈ ਇੱਥੇ ਜ਼ਮੀਨ ਤੇ ਹੀ ਆ, ਹੈ ਨਾ? ਹਾਂਜੀ ਹਿੰਟ ਦੇ ਦੀ ਤੁਹਾਨੂੰ। ਔਖਾ ਕੰਮ ਆ ਵੀ ਲਾਹੌਰ ਵਾਲੀ ਇਹ ਕੁੜੀ ਏ, ਤੂੰ ਸੌਖੇ ਸੌਖੇ ਸਵਾਲ ਪੁੱਛ, ਸਿੰਪਲ ਜੇ ਆ ਔਖਾ ਕੰਮ ਆ। ਫੇਰ ਤੁਸੀਂ ਕਹੋ ਮੈਂ ਹਾਰ ਗਿਆ। ਹਾਰ ਗਿਆ। ਅੱਛਾ ਹੁਣ ਦੱਸੋ ਮੇਰਾ ਪ੍ਰੋਗਰਾਮ ਤੁਹਾਨੂੰ ਕਿੰਝ ਦਾ ਲੱਗਦਾ? ਬਹੁਤ ਵਧੀਆ ਜੀ, ਮੈਨੂੰ ਨਹੀਂ ਬਲਕਿ ਸਾਡੇ ਚੜ੍ਹਦੇ ਪੰਜਾਬ ਦੇ ਵਿੱਚ ਮੈਂ ਜਿੱਥੇ ਜਿੱਥੇ ਵੀ ਪੰਜਾਬੀ ਵੱਸਦੇ ਨੇ, ਹਾਂਜੀ ਦੂਰ ਦੁਰਾਡੇ ਹੱਦਾਂ ਸਰਹੱਦਾਂ ਤੋਂ ਪਾਰ ਸਭ ਨੂੰ ਇੰਨਾ ਪਿਆਰਾ ਲੱਗਦਾ। ਔਰ ਤੁਹਾਡਾ ਜਿਹੜਾ ਅੰਦਾਜ਼ ਔਰ ਤੁਸੀਂ ਹਲਕੇ ਫੁਲਕੇ ਢੰਗ ਦੇ ਨਾਲ ਬੜੀਆਂ ਡੂੰਘੀਆਂ ਗਹਿਰੀਆਂ ਔਰ ਵਧੀਆ ਗੱਲਾਂ ਜਿਹੜੀਆਂ ਕਰਦੇ ਹੋ ਉਹ ਸਭ ਨੂੰ ਬਹੁਤ ਅੱਛੀਆਂ ਲੱਗਦੀਆਂ ਔਰ ਬਹੁਤ ਸਾਨੂੰ ਤੁਹਾਡੇ ਸਭ ਨਾਲ ਬਹੁਤ ਮੁਹੱਬਤ। ਸਰ ਅਗਰ ਮੈਂ ਫਿਲਮ 'ਚ ਆ ਜਾਂਦੀ ਚੜ੍ਹਦੇ ਪੰਜਾਬ ਦੇ ਫਿਲਮਾਂ 'ਚ, ਕੀ ਰਿਸਪੋਂਸ ਹੋਏਗਾ ਲੋਕਾਂ ਦਾ? ਮਨ ਤਹਿਲਕਾ ਮੱਚ ਜਾਏਗਾ। ਹਾਏ ਰੱਬਾ, ਮੰਨ ਜਾਓ ਮੈਂ ਕਹਿੰਦੀ ਹਾਂ ਦਿਲਜੀਤ ਨੂੰ ਮੰਨ ਜਾਓ, ਮੰਨਦੇ ਨਹੀਂ ਆ, ਭੁੱਲ ਗਏ ਕਹਿ ਕੇ। ਕਵੋ ਤੁਸੀਂ ਫਿਰ ਸ਼ਾਹਰੁਖ ਖਾਨ, ਆਮਿਰ ਖਾਨ ਤੇ ਅਬੀਰਾ ਖਾਨ ਸਾਰੇ ਖਾਨ। ਕੀ ਬਾਤ! ਚਲੋ ਉਮੀਦ ਕਰਦੇ ਹਾਂ ਕਿ ਮੰਨ ਜਾਣਗੇ ਇਸ ਵੀਡੀਓ ਤੋਂ ਬਾਅਦ, ਤੇ ਮੰਨਣਾ ਪੈਣਾ ਤੁਹਾਨੂੰ ਹੈ। ਬਹੁਤ ਸ਼ੁਕਰੀਆ ਸਰ, ਬਹੁਤ ਅੱਛਾ ਲੱਗਾ। ਬਹੁਤ ਧੰਨਵਾਦ, ਤੁਸੀਂ ਲਾਹੌਰ ਤੋਂ ਲੰਡਨ ਤੱਕ ਪਹੁੰਚੇ ਹੋ ਔਰ ਸਾਡੇ ਇੱਥੇ ਸ਼ੂਟ ਤੇ ਵੀ ਤੁਸੀਂ ਆਏ ਹੋ, ਤੁਹਾਨੂੰ ਖੁਸ਼ਾਮਦੀਦ ਹੈ। ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ, ਹਮੇਸ਼ਾ ਹੀ ਨਾਸਰ ਚਨੋਟੀ ਸਾਹਿਬ ਸਾਡੇ ਨਾਲ ਨੇ, ਇਫਤਖਾਰ ਠਾਕਰ ਸਾਹਿਬ ਸਾਡੇ ਨਾਲ ਨੇ ਔਰ ਪਾਕਿਸਤਾਨ ਟੈਲੀਵਿਜ਼ਨ ਦੇ ਬਹੁਤ ਸਾਰੇ ਪੁਰਾਣੇ ਅਦਾਕਾਰ, ਪੁਰਾਣੇ ਤਾਂ ਅਦਾਕਾਰ ਤਾਂ ਕਦੇ ਵੀ ਪੁਰਾਣੇ ਨਹੀਂ ਹੁੰਦੇ, ਮਤਲਬ ਕਿ ਆਬਦ ਅਲੀ ਸਾਹਿਬ, ਜ਼ਮੀਲ ਫਕਰੀ ਸਾਹਿਬ, ਮੁਹੰਮਦ ਕਵੀ ਖਾਨ, ਇਰਫਾਨ ਅਲੀ ਖੂਸ ਸਾਹਿਬ, ਰਾਸ਼ਦ ਮਹਿਮੂਦ ਸਾਹਿਬ, ਉਹ ਸਭ ਦੇ ਅਸੀਂ ਪ੍ਰੋਗਰਾਮ ਦੇਖਦੇ ਰਹੇ ਔਰ ਨਵਿਆਂ 'ਚੋਂ ਵੀ ਅਸੀਂ ਨਵਾਨ ਏਜਾਜ਼ ਸਾਹਿਬ
ਅੱਛਾ ਕੋਈ ਸੀਰੀਅਲ ਜਿਹੜੇ ਹੈ ਨਹੀਂ ਉਹ ਵੀ ਬੜੇ ਪੁਰਾਣੇ ਆ ਵੈਸੇ ਉਮਰ ਤੋਂ ਪੁਰਾਣੇ ਆ ਤੇ ਸਭ ਨੂੰ ਸਲਾਮ ਹੈ ਜੀ ਬਹੁਤ ਅੱਛਾ ਕੰਮ ਕਰ ਰਹੇ ਹੋ ਤੁਸੀਂ ਵੀ ਬਹੁਤ ਸ਼ੁਕਰੀਆ ਸਰ ਹੱਦਾਂ ਸਰਹੱਦਾਂ ਤੋਂ ਪਾਰ ਇੱਕ ਮੁਹੱਬਤ ਦਾ ਪੈਗਾਮ ਦੇ ਰਹੇ ਹੋ ਸਾਡੇ ਤੋਂ ਬਹੁਤ ਸਲਾਮ ਤੇ ਸਰ ਆ ਜਿਹੜੀ ਮੂਵੀ ਆਣੀ ਹੈ ਇਹ ਕਿਦੋਂ ਆਣੀ ਭਲਾ ਗੱਲ ਇਹ ਆ ਬਈ ਆਪਾਂ ਤਾਂ ਹਲਵਾਈ ਹਾਂ ਅਸੀਂ ਤਾਂ ਲੱਡੂ ਪੇੜੇ ਬਣਾ ਕੇ ਅੱਗੇ ਨਿਕਲ ਜਾਣਾ ਤੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਹਲਵਾਈਆਂ ਨੂੰ ਵਿਆਹ 'ਚ ਕੀ ਹੋ ਰਿਹਾ ਹੁੰਦਾ ਵਿਆਹ ਵਰਗਾ ਮਾਹੌਲ ਆ ਉਹ ਫਿਰ ਜਦੋਂ ਫਿਲਮ ਆਏਗੀ ਉਦੋਂ ਪਤਾ ਲੱਗ ਜਾਏਗਾ ਚਲੋ ਸਾਰਿਆਂ ਨੂੰ ਇੰਤਜ਼ਾਰ ਰਹੇਗਾ ਅਸੀਂ ਵੀ ਦੇਖਾਂਗੇ ਜਲਦੀ ਹਾਂਜੀ ਜਲਦੀ ਆ ਜਾਏਗੀ ਪਾਕਿਸਤਾਨ 'ਚ ਲੱਗੇਗੀ ਹਾਂ ਬਿਲਕੁਲ ਜੀ ਇਨਸ਼ਾਅੱਲਾ ਜ਼ਰੂਰ ਲੱਗੇਗੀ ਆਪਾਂ ਤਾਂ ਸ਼ੋਅ ਵੀ ਕਰਾਂਗੇ ਉੱਥੇ ਜਾ ਕੇ ਤੇ ਫਿਲਮ ਵੀ ਦੇਖਾਂਗੇ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਵਰਹਮਤੁਲਲਾਹ ਕੀ ਹਾਲ ਨੇ ਤੁਹਾਡੇ ਸ਼ੁਕਰ ਅਲਹਮਦੁਲਿਲਲਾ ਠੀਕ ਠਾਕ ਤੇ ਬੈਠੇ ਆ ਤੁਹਾਡੇ ਸਾਹਮਣੇ ਹਾਂਜੀ ਉਹ ਤੇ ਹੈ ਵਾ ਅੱਛਾ ਤੁਸੀਂ ਆ ਜਿਹੜੀ ਫਿਲਮ ਕਰਨ ਆਏ ਹੋ ਇਹ ਕਿਦੋਂ ਰਿਲੀਜ਼ ਹੋਣੀ ਤੁਹਾਨੂੰ ਪਤਾ ਫਿਲਮ ਬਣੇਗੀ ਪ੍ਰੋਸੈਸਿੰਗ ਹੋਏਗੀ ਫਿਰ ਜਾ ਕੇ ਰਿਲੀਜ਼ ਹੋਏਗੀ ਅੱਛਾ ਹਲੇ ਮਤਲਬ ਕੋਈ ਪਤਾ ਨਹੀਂ ਕਿਹੜੇ ਮਹੀਨੇ 'ਚ ਹੋਏਗੀ ਅਗਲੇ ਸਾਲ 'ਚ ਨਾ ਹਾਂਜੀ 2023 ਸਹੀ ਹੈ ਤੁਹਾਨੂੰ ਕਿੰਝ ਦਾ ਲੱਗ ਰਿਹਾ ਇੱਥੇ ਆ ਕੇ ਠੰਡੇ ਮੌਲ 'ਚ ਬਹੁਤ ਅੱਛਾ ਜੀ ਅਸੀਂ ਤਾਂ ਜ਼ਿਆਦਾਤਰ ਹੁਣ ਇੱਥੇ ਹੀ ਰਹਿੰਦੇ ਹਾਂ ਆਦਤ ਪੈ ਗਈ ਆ ਹਾਂਜੀ ਹੁਣ ਕੁਝ ਦਿਨਾਂ ਵਾਸਤੇ ਜਾਂਦੇ ਹਾਂ ਫਿਰ ਵਾਪਸ ਆ ਜਾਂਦੇ ਸਰ ਇੱਕ ਸਵਾਲ ਤੁਸੀਂ ਦੱਸਣਾ ਉਹ ਕੀੜਾ ਜਾਨਵਰ ਆ ਜਿਹੜਾ ਧੋਣ ਨਹੀਂ ਮੋੜ ਸਕਦਾ ਹੈ ਨਹੀਂ ਨਹੀਂ ਇਹ ਉਹ ਜੋ ਹੋਰ ਜਾਨਵਰ ਆ ਕਿਨ ਉਹਦਾ ਨਾਂ ਤੇ ਲੈ ਨਹੀਂ ਸਕਦੇ ਨਹੀਂ ਨਹੀਂ ਲੈ ਸਕਦੇ ਆ ਹਿੰਟ ਦਵਾਂ ਤੁਹਾਨੂੰ ਮੈਂ ਹਾਂਜੀ ਉਹ ਨਾ ਛੋਟਾ ਵਾ ਐਡਾ ਵੱਡਾ ਜਾਨਵਰ ਨਹੀਂ ਆ ਮੇਰੇ ਤੋਂ ਕਿੰਨੇ ਸਾਲ ਛੋਟਾ ਤੁਹਾਡੇ ਤੋਂ 7-8 ਸਾਲ ਛੋਟਾ ਹੋਣਾ ਵਾ ਬਸ ਹਾਂਜੀ ਫਿਰ ਤੇ ਹੋ ਸਕਦਾ ਮੈਂ ਹੀ ਹੋਵਾਂ ਨਹੀਂ ਨਹੀਂ ਸਰ ਜਾਣ ਦਿਓ ਨਹੀਂ ਨਹੀਂ ਪਤਾ ਚੱਲਿਆ ਤੁਹਾਨੂੰ ਫਿਰ ਤੁਹਾਨੂੰ ਕਹਿਣਾ ਪੈਣਾ ਕਿ ਮੈਂ ਹਾਰ ਗਿਆ ਕਿੱਡੀ ਜਿੱਤੀ ਹਾਰੇ ਆ ਇੱਕ ਹੋਰ ਸਵਾਲ ਤੁਸੀਂ ਦੱਸਣਾ ਪਹਿਲੇ ਉਹਦਾ ਜਵਾਬ ਤੇ ਦਿਓ ਜਿਹੜਾ ਮੈਂ ਹਾਰ ਉਹਨਾਂ ਕੋਈ ਪੁੱਛਣਾ ਪਤਾ ਚੱਲ ਜਾਏਗਾ ਨਾ ਹਾਂਜੀ ਕਾਂਚੇ ਦੱਸਾਂਗੀ ਬਾਅਦ 'ਚ ਇੱਕ ਹੋਰ ਸਵਾਲ ਤੁਸੀਂ ਦੱਸਣਾ ਵਾ ਕਿ ਐਸੀ ਕਿਹੜੀ ਸ਼ੈ ਵਾ ਜਿਹੜਾ ਸਾਇਆ ਨਹੀਂ ਹੁੰਦਾ ਸਾਇਆ ਹਾਂਜੀ ਸਾਇਆ ਦਿਨ ਧੁੱਪੇ ਵੀ ਸਾਇਆ ਨਹੀਂ ਹੁੰਦਾ ਉਹਦਾ ਨਹੀਂ ਉਹ ਸ਼ੈ ਦਾ ਸਾਇਆ ਹੀ ਨਹੀਂ ਹੈ ਅੱਛਾ ਜੀ ਬਦਲਾਂਗਾ ਨਹੀਂ ਹਿੰਟ ਦਵਾਂ ਤੁਹਾਨੂੰ ਉਹ ਨਾ ਉੱਤੇ ਨਹੀਂ ਹੈ ਥੱਲੇ ਹੀ ਉਹ ਸ਼ੈ ਵਾ ਜ਼ਮੀਨ ਤੇ ਜ਼ਮੀਨ ਤੇ ਉਹਦਾ ਸਾਇਆ ਕਿਤੇ ਨਹੀਂ ਬਿਲਕੁਲ ਜ਼ਮੀਨ ਦੇ ਨਾਲ ਹੀ ਹੈ ਮਤਲਬ ਕਿ ਦੁਨੀਆ 'ਚ ਥੱਲੇ ਥੱਲੇ ਆ ਉਹ ਸ਼ੈ ਹਾਰ ਗਿਆ ਪਹਿਲੇ ਹਾਰ ਗਏ ਸਰ ਤੁਸੀਂ ਕਦੀ ਮੇਰਾ ਪ੍ਰੋਗਰਾਮ ਨਹੀਂ ਦੇਖਿਆ ਨਾ ਯਕੀਨਨ ਦੇਖਿਆ ਨਹੀਂ ਦੇਖਿਆ ਫਿਰ ਆਪਾਂ ਕੀ ਪੁੱਛੀਏ ਇਹਨਾਂ ਨੂੰ ਵਧੀਆ ਲੱਗਦਾ ਜਾਂ ਨਹੀਂ ਲੱਗਦਾ ਹੈ ਨਾ ਤੁਹਾਨੂੰ ਮੇਰੀ ਪੰਜਾਬੀ ਵਧੀਆ ਲੱਗਦੀ ਆ ਬਹੁਤ ਵਧੀਆ ਲੱਗਦੀ ਪੰਜਾਬੀ ਆਈ ਵਧੀਆ ਸੁਭਾਅ ਇਹਨਾਂ ਨੂੰ ਵੱਧ ਹੋਰ ਕੁਛ ਵੀ ਨਹੀਂ ਚਾਹੀਦਾ ਹੀ ਸੁਣਨਾ ਚਾਹੁੰਦੀ ਸੀ ਬਹੁਤ ਸ਼ੁਕਰੀਆ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਤੁਹਾਡੇ ਠੀਕ ਠਾਕ ਤੁਹਾਡੇ ਕੋਲ ਸਵਾਲ ਕਰਨਾ ਵਾ ਹਾਂਜੀ ਤੁਸੀਂ ਇੱਥੇ ਰਹਿੰਦੇ ਹੋ ਲੰਡਨ 'ਚ ਨਾ ਨੇ ਬੇਮਿੰਗਮ ਮੂਵਮੈਂਟ ਅੱਛਾ ਉੱਥੇ ਰਹਿੰਦੇ ਹੋ ਪਤਾ ਨਹੀਂ ਕਿੱਥੇ ਰਹਿੰਦੇ ਪਰ ਰਹਿੰਦੇ ਆ ਸਾਈਡ ਤੇ ਹੋ ਜਾਈਏ ਤੇ ਪਹਿਲੇ ਗੱਡੀ ਸਾਨੂੰ ਮਿੱਧ ਦੋ ਹੈ ਅਸੀਂ ਚਲੋ ਮੇਰੇ ਸਵਾਲ ਦਾ ਜਵਾਬ ਤੁਸੀਂ ਦੇਣਾ ਹੈ ਤੁਸੀਂ ਦੱਸਣਾ ਵਾ ਕਿ ਐਸਾ ਕੀੜਾ ਜਾਨਵਰ ਆ ਜਿਹੜਾ ਧੋਣ ਨਹੀਂ ਮੋੜ ਸਕਦਾ ਦੱਸੋ ਜਿਹੜਾ ਧੋਣ ਨਹੀਂ ਮੋੜ ਸਕਦਾ ਹਾਂਜੀ ਮੇਬੀ ਐਲੀਫੈਂਟ ਨਹੀਂ ਹਾਥੀ ਤੇ ਮੋੜ ਲੈਂਦਾ ਪਿਛਲੇ ਹਫਤੇ ਮੈਂ ਦੇਖਿਆ ਸੀ ਉਹਨੇ ਧੋਣ ਮੋੜ ਕੇ ਮੇਰੇ ਵੱਲ ਸਪੈਸ਼ਲ ਦੇਖਿਆ ਸੀ ਮੈਂ ਨੰਗੀ ਸੀ ਨਹੀਂ ਹਾਥੀ ਮੋੜ ਲੈਂਦਾ ਅੱਛਾ ਹਾਥੀ ਤੋਂ ਇਲਾਵਾ ਉੱਲੂ ਦਾ ਬਹੁਤ ਜ਼ਿਆਦਾ ਮੋੜ ਲੈਂਦਾ ਹੈ ਹਾਂਜੀ ਹਾਂਜੀ ਐਡਾ ਵੱਡਾ ਜਾਨਵਰ ਨਹੀਂ ਆ ਛੋਟਾ ਵਾ ਤੁਸੀਂ ਕੋ ਮੈਂ ਹਾਰ ਗਿਆ ਇਹ ਮੇਰਾ ਡਾਇਲੋਗ ਆ ਚਲੋ ਇੱਕ ਹੋਰ ਸਵਾਲ ਤੁਸੀਂ ਦੱਸਣਾ ਸੀ ਕਿਹਦੀ ਸ਼ੈ ਵਾ ਜਿਹੜਾ ਸਾਇਆ ਨਹੀਂ ਹੁੰਦਾ ਕਿਹੜੀ ਸ਼ਾਂ ਹੈ ਜਿਹਦਾ ਸਾਇਆ ਨਹੀਂ ਹੁੰਦਾ ਸ਼ੈ ਐਸੀ ਸ਼ੈ ਹੈਗੀ ਆ ਜਿਹੜਾ ਸਾਇਆ ਹੀ ਨਹੀਂ ਹੁੰਦਾ ਰੈਬਿਟ ਨਹੀਂ ਸ਼ੈ ਵਾ ਅੱਛਾ ਸ਼ੈ ਚੀਟਿੰਗ ਨਹੀਂ ਕਰਨੀ ਪੈਰ ਆਈ ਡੋਨਟ ਅੰਡਰਸਟੈਂਡ ਦੀ ਕੁਐਸਚਨ ਡੋਨਟ ਵਰੀ ਤੁਹਾਨੂੰ ਦੱਸਿਆ ਕਿਸੇ ਨੇ ਦੱਸਿਓ ਨਾ ਜ਼ਮੀਨ ਦਾ ਸਾਇਆ ਨਹੀਂ ਹੁੰਦਾ ਬੜਾ ਦਿਮਾਗ ਮੈਂ ਕਿ ਪੈਰ ਤੁਹਾਡੇ ਸ਼ਾਂਤ ਹੋ ਗਏ ਸਿੰਘ ਬਾਜੀ ਜ਼ਿੰਦਾਬਾਦ ਹਾਂਜੀ ਅੱਛਾ ਚਲ ਤੁਹਾਨੂੰ ਨਾ ਕਿੰਜ ਦਾ ਲੱਗਾ ਤੇ ਸ਼ੂਟਿੰਗ ਚ ਆ ਰਹੀ ਹੈ ਸਾਰੇ ਆਏ ਹੋਏ ਆ
ਵੈਰੀ ਗੁੱਡ ਵਧੀਆ ਲੱਗਦਾ ਤੁਸੀਂ ਕਿੱਦੋਂ ਜਾਂਦੇ ਆ ਆਪ ਮਤਲਬ ਪੰਜਾਬ ਜਾਂਦੇ ਹੋ ਨੇ ਚੜਦਾ ਪੰਜਾਬ ਹਾਂਜੀ ਜਾਇਦਾ ਕਦੇ 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 ਯਾਦ ਆਂਦੀ ਆ ਯੈਸ ਫੈਮਿਲੀ ਇੱਥੇ ਹੀ ਉੱਥੇ ਆ ਤੁਹਾਡੀ ਬੋਨੇ ਉੱਥੇ ਵੀ ਇੱਥੇ ਵੀ ਉੱਥੇ ਵੀ ਦੋ ਦੋ ਫੈਮਿਲੀਆਂ ਮਤਲਬ ਪੇਰੈਂਟਸ ਹੋਣੇ ਆ ਉੱਥੇ ਹੈ ਨਾ ਪੇਰੈਂਟਸ ਇੱਥੇ ਆ ਪੇਰੈਂਟਸ ਇੱਥੇ ਆ ਚਲੋ ਜੀ नो कोई तो नहीं मतलब डिफरेंस नहीं लगता कि थे सोनिया चिटियां गोरियां देख के ना 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 गोरियां देख करना नहीं इसे काम करना होता है देख दे ही नहीं तो सी लोड ही नहीं पहनती बस रोल ही मेरा अन्य था मैं वैसे नहीं देख रहा है ना तो रोल हो अच्छा सर कहीं भी लगे मूवी कर रहे हो शूटिंग कर रहे हाँ जी शूटिंग साड़ी चल रही है हाँ जी फिल्म ਜਿਹਦਾ ਨਾਮ ਹੈ ਅੰਨੀ ਦੇ ਮਜ਼ਾਕ ਹੈ ਅੱਛਾ ਤੁਹਾਡਾ ਬਹੁਤ ਫੇਮਸ ਡਾਇਲੋਗ ਆ ਹਾਂ ਉਹ ਹੀ ਟਾਈਟਲ ਹੈ ਇਸ ਫਿਲਮ ਦਾ ਮਾਸ਼ਾਅੱਲਾ ਪਹਿਲਾਂ ਨਾਸਰ ਜੀ ਦੇ ਡਾਇਲੋਗ ਤੋਂ ਤੇ ਫਿਲਮ ਬਣ ਗਈ ਹੈ ਚੱਲ ਮੇਰਾ ਪੁੱਤ ਹਾਂ ਜੀ ਅੰਨੀ ਦੇ ਮਜ਼ਾਕ ਨਹੀਂ ਇਹ ਵੀ ਹਿੱਟ ਹੋਏਗੀ ਇਨਸ਼ਾਅੱਲਾ ਸੁਪਰ ਹਿੱਟ ਜਾਏਗੀ ਪਰ ਉਹ ਤੋਂ ਪਹਿਲੇ ਸਵਾਲ ਦਾ ਜਵਾਬ ਦੇਣਾ ਪੈਣਾ ਤੁਹਾਨੂੰ ਉਹ ਕੀ ਤੁਸੀਂ ਦੱਸਣਾ ਕਿ ਐਸੀ ਕਿਹੜੀ ਸ਼ੈ ਵਾ ਜਿਹੜਾ ਸਾਇਆ ਨਹੀਂ ਹੁੰਦਾ ਸਾਇਆ ਨਹੀਂ ਹੁੰਦਾ ਹਾਂ ਜੀ ਅਮਿਤਾਭ ਬੱਚਨ ਉਹਦਾ ਸਾਇਆ ਨਹੀਂ ਹੁੰਦਾ ਅਮਿਤਾਭ ਬੱਚਨ ਸਾਹਿਬ ਦਾ ਕਾਹ ਤੇ ਬੜਾ ਹੈ ਨਾ ਉਹਨਾਂ ਦਾ ਸਾਇਆ ਉਹਨਾਂ ਦੇ ਸਾਇਆ ਥਲੇ ਰੁਕ ਜਾਂਦਾ ਨਹੀਂ ਹੁੰਦਾ ਵਾ ਸਾਇਆ ਉਹਨਾਂ ਦਾ ਆ ਜੀ ਕੁੰਦਾ ਜਿਹਦਾ ਸਾਇਆ ਨਹੀਂ ਹੁੰਦਾ ਜਿਵੇਂ ਸਾਇਆ ਰੋਜ਼ ਨਿਕਲਦਾ ਹੈ ਉਹਦਾ ਸਾਇਆ ਨਹੀਂ ਹੁੰਦਾ ਇੱਕ ਹਿੰਟ ਦਵਾਂ ਤੁਹਾਨੂੰ ਹਾਂਜੀ ਬੇਜਾਨ ਸ਼ੈ ਵਾ ਸ਼ੈ ਵਾ ਅੱਛਾ ਸ਼ੈ ਬੇਜਾਨ ਹਾਂਜੀ ਜਾਨ ਨਹੀਂ ਹੈਗੀ ਨਹੀਂ ਸਮੋਸਾ ਸਮੋਸੇ ਜਾਨ ਨਹੀਂ ਹੁੰਦੀ ਹਾਂਜੀ ਲੇਕਿਨ ਇੰਜ ਆਪਾਂ ਕਰਕੇ ਪਿਆ ਹੁੰਦਾ ਇੰਜ ਕਰਾਂਗੇ ਨਾ ਧੁੱਪ ਜੀ ਸਾਇਆ ਹੋਏਗਾ ਨਹੀਂ ਅਸੀਂ ਧੁੱਪੇ ਕਿਉਂ ਕਰਨੇ ਉਹਨੂੰ ਅਸੀਂ ਛਾਵੇ ਬੈ ਖਾਵਾਂਗੇ ਨਹੀਂ ਸਮੋਸਾ ਵੀ ਨਹੀਂ ਆ ਅੱਛਾ ਸਮੋਸਾ ਵੀ ਨਹੀਂ ਆ ਹਾਂਜੀ ਖਾਣ ਵਾਲੀ ਸ਼ੈ ਨਹੀਂ ਆ ਖਾਣ ਵਾਲੀ ਸ਼ੈ ਨਹੀਂ ਹਾਂਜੀ ਓ ਹਾਂ ਚਿੱਤਰ ਚਿੱਤਰ ਦਾ ਹੀ ਹੁੰਦਾ ਵਾ ਸਾਇਆ ਨਹੀਂ ਜਦੋਂ ਪੈ ਰਿਹਾ ਹੁੰਦਾ ਉਦੋਂ ਸਾਇਆ ਨਹੀਂ ਨਜ਼ਰ ਆਉਂਦਾ ਆਹੋ ਆ ਵੀ ਆ ਇਹਨਾਂ ਦੇ ਵੀ ਆ ਰਹੀ ਅੱਖਾਂ ਕਿਤੇ ਨੇਰਾ ਆ ਉਹਨਾਂ ਫਿਰ ਕਦੋਂ ਪਤਾ ਲੱਗਦਾ ਸਾਇਆ ਆ ਕਿ ਨਹੀਂ ਅੱਜ ਜਦੋਂ ਦੂਜਾ ਸਵਾਲ ਪੁੱਛਦੀ ਓਕੇ ਤੁਸੀਂ ਹਾਰ ਨਹੀਂ ਮੰਨਣੀ ਇਸ ਵਾਸਤੇ ਤੁਸੀਂ ਨਾ ਬੋਲੋ ਕਿ ਮੈਂ ਹਾਰ ਗਿਆ ਠੀਕ ਆ ਨਹੀਂ ਨਹੀਂ ਹਾਰ ਮੈਂ ਮੰਨਣੀ ਨਹੀਂ ਕਿਉਂ ਮੈਨੂੰ ਪਤਾ ਚੱਲ ਗਿਆ ਤੁਸੀਂ 200 ਹੋਰ ਸ਼ਾਹਾਂ ਦੱਸ ਦੇਣੀਆਂ ਅੱਜ ਤੁਸੀਂ ਦੱਸੋ ਕਿ ਐਸਾ ਕੀੜਾ ਜਾਨਵਰ ਆ ਜਿਹੜਾ ਧੋਨ ਨਹੀਂ ਮੋੜ ਸਕਦਾ ਧੋਨ ਨਹੀਂ ਮੋੜ ਸਕਦਾ ਹੂੰ ਮੈਂ ਅੱਗੇ ਹਾਰ ਫਿਰ ਮੈਂ ਮਾਰੂੰਗਾ ਅੱਛਾ ਹਾਥੀ ਹਾਥੀ ਮੋੜ ਲੈਂਦਾ ਵਾ ਤੋ ਨਹੀਂ ਮੋੜਦਾ ਉਹ ਸਿਰ ਸੂਣ ਦੇ ਨਾਲ ਜਿੱਦ ਖਾਰਸ਼ ਹੋ ਰਹੀ ਹੁੰਦੀ ਨਾ ਐ ਕਰਕੇ ਨਾ ਮੂੰਹ ਅੱਗੇ ਹੀ ਰੱਖਦਾ ਉਹਨੇ ਅੱਜ ਤੱਕ ਮੈਂ ਹਾਥੀ ਨਹੀਂ ਵੇਖਿਆ ਮੈਂ ਦੇਖਿਆ ਉਹਨੇ ਮਤਲਬ ਐ ਕਰਕੇ ਦੇਖਿਆ ਕਿ ਟ੍ਰੈਫਿਕ ਕਿਧਰੋਂ ਕੌਣ ਐ ਕਰਕੇ ਦੇਖਿਆ ਕਦੀ ਨਹੀਂ ਉਹ ਐ ਕਰਕੇ ਜਾ ਰਿਹਾ ਹੁੰਦਾ ਉਹਦੀ ਧੋਣ ਨਹੀਂ ਮੁੜਦੀ ਹਾਂਜੀ ਨਹੀਂ ਹਾਥੀ ਨਹੀਂ ਛੋਟੀ ਜਿਹੀ ਉਹਦੇ ਉੱਤੇ ਬਹਿ ਕੇ ਸੂਆ ਮਾਰਦਾ ਬੰਦਾ ਫਿਰ ਧੋਣ ਨਹੀਂ ਮੁੜਦਾ ਉਹ ਕਹਿੰਦਾ ਬਕਵਾਸ ਨਾ ਕਰ ਮੈਨੂੰ ਅਸਰ ਹੀ ਨਹੀਂ ਹੁੰਦਾ ਨਾ ਪਿਛਲੇ ਹਫਤੇ ਮੈਂ ਚਿੜੀਆ ਘਰ ਗਈ ਉਹਨੇ ਮੇਰੀ ਆਵਾਜ਼ ਸੁਣੀ ਮੋੜ ਕੇ ਦੇਖਿਆ ਕੌਣ ਆਈ ਆ ਅੱਛਾ ਮਤਲਬ ਮੋੜਦਾ ਵਾ ਨਹੀਂ 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 ਉਹ ਫਿਰ ਤੇਰੇ ਕੋਈ ਹੋਰ ਮਸਲਾ ਆਉਣਾ ਵਰਨਾ ਹਾਥੀ ਨਹੀਂ ਮੁੜਦਾ ਹੁੰਦਾ ਹਾਂ ਨਹੀਂ ਉਹ ਛੋਟਾ ਜਾਨਵਰ ਆ ਛੋਟਾ ਹਾਂਜੀ ਛੋਟਾ ਹਾਥੀ ਨਹੀਂ ਛੋਟਾ ਹਾਥੀ ਨਹੀਂ ਤੇ ਛੋਟਾ ਵੀ ਹਾਥੀ ਹੁੰਦਾ ਹੈ ਨਹੀਂ ਛੋਟਾ ਹਾਥੀ ਹੁੰਦਾ ਨਹੀਂ ਭਾਜੀ ਔਰ ਤੋਂ ਵੀ ਛੋਟਾ ਮਤਲਬ ਇੰਨੀ ਸ਼ੈ ਉਹ ਜਾਨਵਰ ਆ ਸੌਰੀ ਜਾਨਵਰ ਹੈ ਨਾ ਅੱਛਾ ਕੁੱਤਾ ਕੁੱਤਾ ਤਾਂ ਉਹ ਨਹੀਂ ਮੋੜਦਾ ਮੋੜਦਾ ਤੂੰ ਵੱਟਾ ਮਾਰ ਕੇ ਵੇਖ ਅਗਰ ਪਿੱਛੇ ਤੇਰੇ ਪਿੱਛੇ ਦੌੜੇਗਾ ਅੱਗੇ ਅੱਗੇ ਤੂੰ ਹੋਏਗੀ ਧੌਣ ਨਹੀਂ ਮੋੜੇਗਾ ਤੈਨੂੰ ਘਰ ਤੱਕ ਛੱਡ ਕੇ ਆਏਗਾ ਨਹੀਂ ਕੁੱਤਾ ਨਹੀਂ ਔਰ ਨਾਲੋਂ ਵੀ ਨਿੱਕਾ ਹੁੰਦਾ ਵਾ ਜਾਨਵਰ ਨਹੀਂ ਖਰਗੋਸ਼ ਵੀ ਨਹੀਂ ਹਾਂ ਉਹ ਖਰਗੋਸ਼ ਵੀ ਹੋਇਆ ਥੱਲੇ ਫਿਰੀ ਜਾਂਦਾ ਹੁੰਦਾ ਹੁਣ ਤੁਸੀਂ ਹੁਣ ਕਹੋ ਹਾਰ ਗਏ ਕਿਸ ਤਰ੍ਹਾਂ ਮੈਂ ਨਹੀਂ ਹਾਰ ਮੰਨਣੀ ਨਹੀਂ ਮੈਂ ਤਾਂ ਦੱਸਾਂਗਾ ਚੀਜ਼ਾਂ ਤੁਸੀਂ ਤੇ ਸਾਰੇ ਜਾਨਵਰ ਗਿਨਾ ਦੇਣੇ ਜੀ ਆਹੋ ਮੈਂ ਤੈਨੂੰ ਉਹ ਹੀ ਦੱਸਿਆ ਕਿ ਜਿਹਨੇ ਧੌਣ ਨਹੀਂ ਮੁੜਦੇ ਤੇ ਦੱਸੋ ਵੇ ਕੀੜਾ ਵਾ ਦੱਸੋ ਹੈ ਕੁੱਤਾ ਨਹੀਂ ਆ ਕੁੱਤਾ ਵੀ ਨਹੀਂ ਆ ਨਹੀਂ ਵੈਸੇ ਮੈਂ ਤੈਨੂੰ ਉਹ ਦੱਸਿਆ ਨਹੀਂ ਜਿਹਨੇ ਧੌਣ ਨਹੀਂ ਮੁੜਦੀ ਹੁੰਦੀ ਇਹਨਾਂ ਦੀ ਮੁੜਦੀ ਆ ਮੈਂ ਦੇਖੀ ਸਿਰ ਬੰਦੇ ਦੀ ਮੁੜਦੀ ਹੁੰਦੀ ਕਿ ਵੇਖਦਾ ਕਿੱਥੋਂ ਤੱਕ ਆ ਗਿਆ ਨਹੀਂ ਅੱਛਾ ਤਾਂ ਸੁਕੀ ਹੈਗਾ ਪਹਿਲੇ ਤੁਸੀਂ ਹਾਰ ਮੰਨੋ ਹਾਰ ਮੈਂ ਨਹੀਂ ਮੰਨੀ ਕੋਈ ਹੋਰ ਜਾਨਵਰ ਜੈਬਰਾ
ਜੈਬਰਾਤ ਐਡਾ ਵੱਡਾ ਹੁੰਦਾ ਔਰ ਕਿੱਡੀ ਕਿੱਡੀ ਲੰਮੀ ਤਣ ਹੁੰਦੀ ਹੈ ਹਾਂਜੀ ਔਰ ਹੀ ਮੋੜ ਜਾਂਦੀ ਨਹੀਂ ਨਹੀਂ ਉਹ 4 ਦਿਨ ਲੱਗਦੇ ਨੇ ਮੋੜਦੇ ਮੜਦਾ ਐ ਕਰਦੇ ਕਿਉਂ ਮੋੜੇਗਾ ਕਿੱਡੀ ਲੰਮੀ ਤਣ ਹੈ ਭਾਜੀ ਉਹਦੀ ਕਿੱਥੇ ਮੋੜੇਗਾ ਉਹ ਤਾਂ ਅੱਗੇ ਅੱਗੇ ਟੁਰਦਾ ਐ ਐ ਕਰਕੇ ਜਾ ਰਿਹਾ ਹੁੰਦਾ ਉਹ ਛੋਟਾ ਜਾਨਵਰ ਆ ਫਿਰ ਉਹ ਕੋਈ ਵੱਡਾ ਜਾਨਵਰ ਨਹੀਂ ਹੈਗਾ ਨਹੀਂ ਹਰ ਤੇਰਾ ਛੋਟਾ ਪੈ ਕੇ ਜਿਗਾ ਹਰ ਚੀਜ਼ ਛੋਟਾ ਜਾਨਵਰ ਹੈਗਾ ਚੀਜ਼ ਹੈ ਚਲੋ ਮੰਨ ਲਈ ਹਾਰ ਦੱਸ ਦੇ ਮੰਨ ਗਏ ਡੱਡੂ ਹੁੰਦਾ ਡੱਡੂ ਤੁਹਾਨੂੰ ਪਤਾ ਲਓ ਡੱਡੂ ਉਹਦੀ ਤੇ सड़क सड़क ਦਾ ਸਾਇਆ ਨਹੀਂ ਹੁੰਦਾ ਨਹੀਂ ਸੜਕ ਤੇ ਸਾਇਆ ਤਾਂ ਹੁੰਦਾ ਨਹੀਂ ਸੜਕ ਦਾ ਆਪਣਾ ਨਹੀਂ ਹੁੰਦਾ ਸੜਕ ਤੇ ਸਾਇਆ ਹੁੰਦਾ ਨਾ ਹਾਂਜੀ ਉਹ ਤੇ ਹੁੰਦਾ ਲੇਕਿਨ ਸੜਕ ਦਾ ਆਪਣਾ ਨਹੀਂ ਹੁੰਦਾ ਤੇ ਜਦੋਂ ਬੰਦੇ ਨੇ ਸਾਇਆ ਵੇਖਣਾ ਹੁੰਦਾ ਤੇ ਬੰਦਾ ਸੜਕ ਤੇ ਨਹੀਂ ਵੇਖਦਾ ਹਾਂਜੀ ਆਪਣੇ ਸਾਇਆ ਨੂੰ ਕਿੱਥੇ ਵੇਖਦਾ ਆ ਸਾਡਾ ਨਾ ਆ ਤੇਰਾ ਸਾਇਆ ਉਹਨੂੰ ਸੜਕ ਤੇ ਹੀ ਹੈ ਹਾਂਜੀ ਇਹ ਸੜਕ ਦਾ ਸਾਇਆ ਹੈ ਹਾਂਜੀ ਨਹੀਂ ਮੰਨ ਗਈ ਓਕੇ ਇਹਨਾਂ ਨੇ ਇਹਨੂੰ ਪਾਗਲ ਕਰਤਾ ਓਕੇ ਜੀ ਮੰਨ ਗਈ ਹਾਂਜੀ ਪਾਣੀ ਦੀ ਪਰਿਭਾਸ਼ਾ ਵਿੱਚ ਹਾਂਜੀ दिमाग मशीन ਦੇ ਪੈਰ ਥਾ ਨਹੀਂ ਕੱਢਾਂਗੇ ਪਾਣੀ ਇਹ ਸ਼ਾਵਾਂ ਕਿਉਂ ਯੂਜ਼ ਕਰਾਂਗੇ ਤੇ ਮੈਂ ਬੰਦ ਕੀਤਾ ਤੇ ਉਹ ਗਰ ਪੱਕਾ ਕਰਦਾ ਖੋਲ ਲਵਾਂਗੇ ਨਹੀਂ ਨਹੀਂ ਪੱਕਾ ਛੋਟੀ ਹੈ 10 ਕਿਡੀ ਮਸ਼ੀਨ ਛੋਟੀ ਆ ਹਾਂਜੀ ਉਹ ਪੈਪ ਤੇ ਹੋਏਗਾ ਨਾ ਮਸ਼ੀਨ ਦਾ ਬੰਦ ਕੀਤਾ ਬੰਦ ਕਰਤਾ ਪੱਕਾ ਬੰਦ ਬਗੈਰ ਪੈਪ ਤੋਂ ਹੀ ਅੱਛਾ ਫਿਰ ਮੈਂ ਬਾਲਟੀ ਨਹੀਂ ਕੱਢਾਂਗੀ ਹਾਂ ਮਸ਼ੀਨ ਛੋਟੀ ਨਾ ਬਾਲਟੀ ਨਾ ਨਹੀਂ ਬਾਲਟੀ ਤੇ ਜਾਣੀ ਹੈ ਕਿੰਨੀ ਕੁ ਛੋਟੀ ਆ ਕੋਈ ਛੋਟੀ ਜੀ ਮਸ਼ੀਨ ਬਿਲਕੁਲ ਬਾਲਟੀ ਦੇ ਵਿੱਚ ਆ ਜਾਏਗੀ एक चम्मच सी बाल्टी और किरा ऑप्शन देता सी तुसी कप कप मैं कप ना काट लवांगी ओए होए कप ना तू काट नहीं सकदी क्यों तू टप च खलोएगी फिर कप ना कटेगी टप किथों ले आएगी नहीं टप च क्यों खलोना मैं साडी शर्त है हां जी टप च खलोगे टप च खलोगे दो दो चार मिनट तू टपना हैगा उस बाद तू पानी कटना टप के पानी कटना मैं मशीन ना पुट्ठी करके पानी काट लवांगी कोई ना पुट्ठी गल जरूर करू है ना सही क्या जवाब सही है हुन कह दो जवाब सही मैं जीत गई बहुत शुक्रिया सर